शुक्र है दादे का तुसी हजे भी रेंदे हो, हजे जमीन ते कब्जा नहीं होया, जाग पे हो। पर मेरी एक बेनती मान लियो कि जो तुसी भावक होके धक्का करन लगे ना उदो हारांगे। जथेबंदियां दे विच सच ते झूठ वाली गल नालों वड्डी गल है कि अंदोलन नूं लीहो लाउण दी कोशिश जिहड़ा करूगा ਉਹ ਸਾਡਾ ਅੱਜ ਤੁਹਾਡੇ ਅੰਦੋਲਨ ਦਾ ਦੁਸ਼ਮਣ ਹੈ। ਤੁਹਾਡੇ ਜੋ ਕਿਹੜਾ ਚਾਹੁੰਦਾ ਸੀ ਵੀ ਖਾਲਿਸਤਾਨ ਬਣੇ? ਨਾ ਕੋਈ ਨਹੀਂ ਚਾਹੁੰਦਾ, ਕੋਈ ਨਹੀਂ ਕੋਈ ਨਹੀਂ ਚਾਹੁੰਦਾ, ਕੋਈ ਨਹੀਂ ਚਾਹੁੰਦਾ। ਅਸੀਂ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਏ। किसान अंदोलन दी हर वर्ग दे लोक हमायत कर रहे ने। हालांकि किसान खेती कानून रद्द करवाउण दी मंग ते अड़े होए ने, पर केंद्र सरकार भी अपने स्टैंड ते लगातार कायम नजर आ रही है। अजिहे च किसान आगू भी लगातार अंदोलनकारियां नूं संघर्ष प्रति जागरूक कर रहे ने। उथे ही अज किसान आगू जगजीत सिंह डल्लेवाल नौजवानां नाल गलबात करदे होए नजर आए। इस दौरान उन्हें कहा कि हालांकि 26 जनवरी नूं लाल किले दी घटना नाल अंदोलन नूं झटका जरूर लग्या सी, पर हुण मुड तों किसान अंदोलन सिखरां ते है, जिस लई उन्हां नौजवानां नूं एकता ते शांति बनाई रखण दी अपील कीती है। मेरे नाल इक कामरेड खड़ा मगरले पासे घसिया जा, मैं तां कहा वी उहदा छोटा जिहा कद पतला जिहा मसा 40 किलो वेट होगा मसा उहदा। पर कामरेड स्याणे बहुत हुंदे आ, चलाक बहुत हुंदे आ, इहनां दा दिमाग बहुत तेज हुंदा है। सही गल है, बहुत सियाने होंगे, सियाने होंगे, उन्होंने पढ़िया होंगे यार, स्टडी किया होंगे। आपू पता ही नहीं होंगे गलों का। उन्हें की करया, मैं बोली गया मेरे मगरों आ गया जी बोलने वास्ते की आ जड़ा फिल्मकार है अदाकार योगराज। जो योगराज आ गया ना तो मेरे मगरों हाथ लाने लग पे भी योगराज आ गया जी निपटाओ दवा। मैं क्या भी ठीक है, चल आप गल फिर भी कर लाँगा, योगराज नहीं सुनो। योगराज ने मेरे आपदे तो पहला एक प्रोफेसर बुलाता यूनिवर्सिटी का, प्रोफेसर पता की बोलिया, उन्हें कहा भी जेड़ा कुछ तो असी सुन रहे सी ना, गल तो यह सुन वाली तो जिन्हों तुम सुनना है ना ਉਹਦੀ ਗੱਲ 'ਚ ਕੁਛ ਨਹੀਂ ਨਿਕਲਣਾ, ਨਾਲੇ ਉਹਦੇ ਨਾਲ ਆਇਆ ਮੈਂ ਜਿਹੜਾ ਬਹੁਤ ਕਹਿ ਗਿਆ ਠੀਕ ਹੈ ਗੱਲ। ਔਰ ਮੈਂ ਸਟੇਜ ਛੱਡ ਕੇ ਪਿੱਛੇ ਹਟ ਗਿਆ ਤੇ ਜਿਹੜਾ ਕਾਮਰੇਡ ਸੀ ਨਾ ਵੀਰ ਮੇਰਾ, ਉਹ ਮੇਰੀ ਬਾਂਹ ਫੜ ਕੇ ਪਰਾਂ ਲੈ ਗਿਆ। ਉਹ ਦੂਰ ਮੈਨੂੰ ਕਹਿੰਦਾ ਪ੍ਰਧਾਨ ਜੀ ਤੁਸੀਂ ਮੈਨੂੰ ਐਂ ਦੱਸੋ ਵੀ ਤੁਹਾਡਾ ਆਪਦੀ ਸੁਰੱਖਿਆ ਦਾ ਕੀ ਪ੍ਰਬੰਧ ਹੈ? ਮੈਂ ਕਿਹਾ ਵੀ ਕਿਉਂ? ਉਹ ਕਹਿੰਦਾ ਜਿਹੜਾ ਕੋਈ ਤੁਸੀਂ ਬੋਲੀ ਜਾਂਦੇ ਤੁਹਾਨੂੰ ਐਂ ਪਤਾ ਵੀ ਇਹ ਗੱਲ ਕਿਹਦੇ ਸੱਟ ਮਾਰਦੀ ਹੈ ਜਾ ਕੇ? ਤੁਹਾਨੂੰ ਇਸ ਗੱਲ ਦਾ ਪਤਾ ਵੀ ਇਹ ਗੱਲ ਸੱਟ ਕਿਹਦੇ ਮਾਰਦੀ ਹੈ? ਤੇ ਜਿਹਦੇ ਸੱਟ ਮਾਰਦੀ ਹੈ ਨਾ ਅੱਧਾ ਭਾਰਤ ਮਰਵਾ ਦੇਣਾ, ਉਹਨਾਂ ਵਾਸਤੇ ਕੋਈ ਚੀਜ਼ ਨਹੀਂ, ਤੇ ਤੁਸੀਂ ਇਕੱਲੇ ਕੀ ਚੀਜ਼ ਹੋ? ਸਮਝ ਆਈ ਗੱਲ ਦੀ? ਸੋ ਪਿਆਰਿਓ ਕਹਾਣੀ ਇਹ ਜੀ ਹੈ, ਉਦੋਂ ਤੋਂ ਲੱਗੇ ਹੋਏ ਹਾਂ, ਸ਼ੁਕਰ ਹੈ ਦਾਦੇ ਦਾ ਤੁਸੀਂ ਹਜੇ ਵੀ ਰਹਿੰਦੇ ਹੋ, ਹਜੇ ਜ਼ਮੀਨ 'ਤੇ ਕਬਜ਼ਾ ਨਹੀਂ ਹੋਇਆ, ਜਾਗ ਪਏ ਹੋ। ਪਰ ਮੇਰੀ ਇੱਕ ਬੇਨਤੀ ਮੰਨ ਲਿਓ ਕਿ ਜਦੋਂ ਤੁਸੀਂ ਭਾਵਕ ਹੋ ਕੇ ਧੱਕਾ ਕਰਨ ਲੱਗੇ ਨਾ ਉਦੋਂ ਹਾਰਾਂਗੇ। ਬਿਲਕੁਲ ਜੀ, ਨਹੀਂ ਦੇਖੋ ਭਾਵਕ ਤਾਂ ਹੁੰਦੇ ਨਹੀਂ, ਜੇ ਭਾਵਕ ਹੁੰਦੇ ਵੀ ਆ ਇੱਥੇ ਹੀ ਹੋਣੇ ਨੇ ਆ, ਫਿਰ ਉਹ ਤੋਂ ਬਾਅਦ ਫਿਰ ਮਤਲਬ ਇਹ ਨਹੀਂ ਅਸੀਂ ਕੰਟਰੋਲ ਤੋਂ ਬਾਹਰ ਨਹੀਂ ਹੁੰਦੇ ਹੈਗੇ। ਇੱਕ ਹੁੰਦੇ ਜ਼ਰੂਰ ਆ, ਇਹ ਨਹੀਂ ਅਸੀਂ ਗਲਤੀ ਵੀ ਇਹ ਨਹੀਂ ਆ ਵੀ ਹੁੰਦੇ ਨਹੀਂ, ਉਹ ਕਹੀ ਵੀ ਅਸੀਂ ਭਾਵਕ ਹੁੰਦੇ ਨਹੀਂ ਹੁੰਦੇ ਆ, ਪਰ ਇੱਥੇ ਸਮਝ ਲਿਓ ਸਿਆਣੇ ਹੋ ਕੇ। ਹਾਂਜੀ ਹਾਂ, ਇੱਥੇ ਸਿਆਣੇ ਹੋਣ ਦੀ ਲੋੜ ਹੈ, ਸਿਆਣੇ ਹੋ ਕੇ ਲੜਿਆ ਜਾਣਾ, ਸਿਆਣੇ ਹੋ ਕੇ ਲੜਿਆ ਜਾਣਾ। ਕਿਉਂ ਮੈਂ ਗੱਲਾਂ ਕਹੀਆਂ? ਹਾਂਜੀ, ਇੱਕ ਗਲਤੀ ਹੋ ਗਈ ਨਾ ਆਪਾਂ ਤੋਂ ਉਦੇ, ਹਾਂਜੀ ਇੱਕ ਗਲਤੀ ਹੋ ਗਈ। ਹਾਂਜੀ ਹਾਂਜੀ, ਅੱਜ ਕਿੱਥੇ ਦਾ ਅਸੀਂ ਸਰਕਾਰ ਦੀ ਧੌਣ ਐ ਨੱਪੀ ਬੈਠੇ ਸੀਗੇ, ਹਾਂਜੀ, ਤੇ ਕਿੱਥੇ ਅੱਜ ਸਰਕਾਰ ਦਾ ਗੋਡਾ ਸਾਡੇ ਤੇ ਹੈ? ਜਥੇਬੰਦੀਆਂ ਦੇ ਵਿੱਚ ਸੱਚ ਤੇ ਝੂਠ ਵਾਲੀ ਗੱਲ ਨਾਲੋਂ ਵੱਡੀ ਗੱਲ ਇਹ ਹੈ ਕਿ ਅੰਦੋਲਨ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਜਿਹੜਾ ਕਰੂਗਾ
ਉਹ ਸਾਡਾ ਅੱਜ ਤੁਹਾਡੇ ਅੰਦੋਲਨ ਦਾ ਦੁਸ਼ਮਣ ਹੈ। ਬਿਲਕੁਲ ਜੀ, ਸਹੀ ਗੱਲ, ਸਹੀ ਹੈ। ਜਿਹੜਾ ਵੀ ਬੰਦਾ ਤੁਹਾਡੇ ਅੰਦੋਲਨ ਨੂੰ ਅਸਲ ਲੀਹ ਤੋਂ ਲਾ ਕੇ ਹੋਰ ਲੀਹ ਤੇ ਤੋਰਨ ਦੀ ਕੋਸ਼ਿਸ਼ ਕਰੇਗਾ ਪਿਆਰਿਓ, ਉਹ ਤੁਹਾਡਾ ਮਿੱਤਰ ਨਹੀਂ, ਉਹ ਤੁਹਾਡਾ ਦੁਸ਼ਮਣ ਹੈ। ਇਹਨੂੰ ਪਰਖ ਕੇ ਚੱਲੋ, ਇਹ ਸਮਝ ਕੇ ਚੱਲਿਓ ਕਿ ਸਾਡਾ ਅੰਦੋਲਨ ਅੱਜ ਤਿੰਨ ਖੇਤੀ ਕਾਨੂੰਨ MSP ਇਹਦੇ ਤੇ ਆਧਾਰਿਤ ਹੈ। ਅਗਰ ਇਹ ਤੂੰ ਉਦੋਂ ਭੜਕਾ ਕੇ ਕੋਈ ਹੋਰ ਗੱਲ ਕਰਾਂਗੇ ਤੇ ਸਮਝ ਲਿਓ ਤੁਹਾਡਾ ਅੰਦੋਲਨ ਭੜਕ ਗਿਆ। ਸਰਕਾਰ ਸਾਨੂੰ ਆਂਦੀ ਰਹੀ ਹੈ ਵੀ ਤੁਸੀਂ ਮਾਓਵਾਦੀ ਹੋ, ਆਂਦੀ ਰਹੀ ਹੈ ਨਾ। ਉਧਰਲੀ ਸਟੇਜ ਦੇ ਉੱਤੇ ਫੋਟੋਆਂ ਲੱਗ ਗਈਆਂ, ਮੇਰਾ ਖਿਆਲ ਹੈ 15 ਦਿਨ ਚੈਨਲਾਂ ਨੇ ਉਹ ਵਿਖਾਈਆਂ, ਠੀਕ ਹੈ, ਉਹ ਬੈਨਰ ਦਿਖਾਏ ਆ ਨਾ। ਸਰਕਾਰ ਨੇ ਕਹਿਤਾ ਵੀ ਇਹ ਖਾਲਿਸਤਾਨੀ ਬੈਠੇ ਨੇ, ਅੱਤਵਾਦੀ ਨੇ, ਕਿਹਾ ਨਾ ਹੋਈ ਹੈ। ਅਸੀਂ ਬਾਰ ਬਾਰ ਇਹ ਪਿੱਟਦੇ ਰਹੇ ਵੀ ਅਸੀਂ ਕਿਸਾਨ ਹਾਂ, ਤੁਹਾਡੀਆਂ ਬਹੁਤ ਮੁੰਡਿਆਂ ਦੀਆਂ ਜੇਬਾਂ 'ਤੇ ਲਿਖਿਆ ਹੋਊਗਾ ਮੈਂ ਕਿਸਾਨ ਹਾਂ ਅੱਤਵਾਦੀ ਨਹੀਂ ਲਿਖਿਆ ਨਾ, ਹੈ ਨਾ। ਹੁਣ ਸਵਾਲ ਇਸ ਗੱਲ ਦਾ ਹੈ ਵੀ ਇਹ ਤਾਂ ਹੈਗੇ ਹਾਂ ਅਸੀਂ, ਜਿਸ ਦਿਨ ਝੰਡਾ ਚੜ੍ਹਿਆ ਇਮਾਨਦਾਰੀਆਂ ਦੱਸੋ ਜੀ ਹਰਿਆਣਾ ਰੁੱਸ ਕੇ ਭੱਜ ਗਿਆ ਸੀ ਕਿ ਨਹੀਂ ਭੱਜ ਗਿਆ ਸੀ? ਪੰਜਾਬ ਵੀ ਜ਼ਿਆਦਾ ਭੱਜਿਆ ਸੀ, ਹਰਿਆਣਾ ਵੀ ਜਿਹੜਾ ਤੁਸੀਂ ਚਾਹੁੰਦੇ ਸੀ ਕਰਤਾ, ਹੈ ਨਾ। ਇਹ ਗੱਲ ਆ ਗਈ ਨਾ, ਜਿਹੜਾ ਤੁਸੀਂ ਚਾਹੁੰਦੇ ਸੀ ਕਰਤਾ। ਹਾਲਾਂਕਿ ਮੈਨੂੰ ਤੁਸੀਂ ਐਂ ਦੱਸੋ, ਤੁਸੀਂ ਤੁਹਾਡੇ ਚੋਂ ਕਿਹੜਾ ਚਾਹੁੰਦਾ ਸੀ ਵੀ ਖਾਲਿਸਤਾਨ ਬਣੇ? ਸਮਰਾਲੇ ਗੁਰਸਿੱਖ ਮੁੰਡਾ ਮੈਨੂੰ ਕਹਿੰਦਾ ਅੰਕਲ ਜੀ ਉਹ ਮਦਦ ਨੀ ਕਰਦੇ, ਐ ਨੀ ਕਰਦੇ, ਐ ਕਰੋ। ਮੈਂ ਮੇਰੇ ਤੇ ਸਭ ਕੁਝ ਲੰਘਿਆ ਆਇਆ, ਮੈਂ ਪੁੱਠਾ ਲੋਕਾਂ ਪਿੱਛੇ ਲੰਮ ਕੇ ਆਇਆ, ਕੇਸ ਅਸੀਂ ਪੁਲਿਸਾਂ ਦੇ ਭਾਵ ਮੇਰਾ ਗੱਲ ਕਰਨ ਦਾ ਕੀ ਨਾਕ ਸੀਗਾ, ਸਿਰਫ ਇੰਨਾ ਹੀ ਮਤਲਬ ਸੀਗਾ ਕਿ ਮੈਂ ਕਹੂੰਗਾ ਤੁਹਾਡੇ ਅੰਦੋਲਨ ਤੇ ਤੁਹਾਨੂੰ ਮੈਂ ਤਾਂ ਬੇਨਤੀ ਕੀਤੀ ਆ ਇਹ ਕਿ ਇੱਕ ਦਿਨ ਦੀ ਗਲਤੀ ਨੇ ਸਾਡਾ ਅੰਦੋਲਨ ਕਿੰਨਾ ਪਿੱਛੇ ਕਰਤਾ। ਬਸ ਹੁਣ ਨਾ ਦੁਬਾਰਾ ਨਾ ਕਰ ਲਿਓ, ਕਿਤੇ ਮਰੇ ਜਾਵਾਂਗਾ। ਹਰਿਆਣੇ ਨੂੰ ਭਰਾ ਬਣਾ ਕੇ ਚੱਲੋ, ਨਾਲ ਸਾਡਾ ਭਰਾ ਹੈ, ਭਰਾ ਬਣਾ ਕੇ ਚੱਲੋ, ਸੱਚੀਓ ਭਰਾ ਬਣਾ ਕੇ ਚੱਲੋ, ਭਰਾ ਮੰਨ ਕੇ ਚੱਲੋ ਵੀ ਸਾਡਾ ਭਰਾ ਹੈ। ਜੇ ਕਿਤੇ ਹਰਿਆਣੇ ਵਾਲਿਆਂ ਨਾਲ ਆਪਾਂ ਖੇਡਾਂਗੇ ਤਾਂ ਸਾਡਾ ਤੁਹਾਡੇ ਵਿੱਚ ਆਉਣ ਦਾ ਮਕਸਦ ਹੀ ਇਹ ਸੀਗਾ ਵੀ ਹਰਿਆਣੇ ਵਾਲੇ ਸਾਡੇ ਭਰਾ ਹੈ, ਰਲ ਕੇ ਉਹਨਾਂ ਨੇ ਤੁਹਾਡੇ ਵੇਖੋ ਕੀ ਕਿੱਡਾ ਕਿੱਡਾ ਯੋਗਦਾਨ ਹਰਿਆਣੇ ਦਾ, ਜਿੱਥੇ ਆਪਣੇ ਦੇ ਇੱਟਾਂ ਰੋੜੇ ਚੱਲਦੇ ਸੀ ਉੱਥੇ ਹਰਿਆਣੇ ਦੀਆਂ ਖਾਪਾਂ ਆਈਆਂ, ਉਹ ਸਟੇਜ ਤੋਂ ਬੋਲ ਕੇ ਗਈਆਂ ਕਿ ਜੇਕਰ ਤੁਹਾਡੇ ਨਾਲ ਕੋਈ ਆ ਕੇ ਪੰਗਾ ਲਊਗਾ ਉਹਦੇ ਨਾਲ ਅਸੀਂ ਨਿਪਟਾਂਗੇ, ਠੀਕ ਹੈ। ਇਸ ਸਟੇਜ ਤੋਂ ਬੋਲਿਓ ਹਰਿਆਣੇ ਵਾਲੇ ਬੋਲੇ ਯਾਰ ਤੁਸੀਂ, ਫਿਰ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਉਹਨਾਂ ਨੂੰ ਅਸੀਂ ਮਾਣ ਸਨਮਾਨ ਸਤਿਕਾਰ ਦੇਈਏ? ਭਾਈਚਾਰਾ ਬਣਾਓ, ਤਕੜੇ ਹੋ ਕੇ ਪਿਆਰ ਬਣਾਓ, ਤਕੜੇ ਹੋ ਕੇ ਦੱਸ ਦੇ ਕੇ 26 ਜਨਵਰੀ ਤੋਂ ਬਾਅਦ ਇੱਕ ਵਾਰ ਕਿਸਾਨਾਂ ਚ ਨਿਰਾਸ਼ਾ ਜ਼ਰੂਰ ਪਾਈ ਗਈ ਸੀ, ਪਰ ਉਸ ਤੋਂ ਅਗਲੇ ਦਿਨ ਬਾਅਦ ਹੀ ਕਿਸਾਨਾਂ ਦੇ ਹੌਸਲੇ ਬੁਲੰਦ ਦੇਖਣ ਨੂੰ ਮਿਲੇ। ਇੱਥੋਂ ਤੱਕ ਕਿ ਹੁਣ ਕਿਸਾਨ ਆਗੂ ਲਗਾਤਾਰ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਹਰਿਆਣਾ, ਪੰਜਾਬ, ਰਾਜਸਥਾਨ ਚ ਮਹਾ ਪੰਚਾਇਤਾਂ ਕਰ ਰਹੇ ਨੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਅੰਦੋਲਨ ਨਾਲ ਜੋੜ ਕੇ ਮੋਦੀ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਤੇ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।